ਉੱਥੇ ਕਈ ਵਾਰੀ ਕਾਫੀ ਸਮਾਨ ਰੋੜ ਰੋੜ ਕੇ ਵਾਪਸ ਆਉਂਦਾ ਤੇ ਕਈ ਵਾਰੀ ਨਾਰੀਅਲ ਦਾ ਖੋਪਾ ਵੀ ਆਉਂਦਾ ਜਿਹਦੀਆਂ ਦੋ ਅੱਖਾਂ ਤੇ ਇੱਕ ਇੱਦਾਂ ਨੱਕ ਬਣਿਆ ਹੁੰਦਾ ਉਹਦੇ ਵਰਗਾ ਮੂੰਹ ਆ ਪੁੱਤਰ ਤੇਰਾ ਆਂਦੇ ਰੌਲਾ ਪਾਉਣਾ ਸ਼ੁਰੂ ਕਰਤਾ ਗੋਆ ਖੋਆ ਰਾਜੂ ਮੈਂ ਇਹਨਾਂ ਕੰਮਾਂ ਲਈ ਜੰਮਿਆ ਦੁਨੀਆ ਤੇ ਚਲੋ ਅੱਜ ਤੇ ਮੈਂ ਨਹੀਂ ਰੌਲਾ ਪਾਵਾਂਗੀ ਦੁੱਧ ਉਬਲ ਗਿਆ ਲਓ ਜੀ ਇਹ ਦੁੱਧ ਪਤਾ ਨਹੀਂ ਇੱਦਾਂ ਕਿਹੜਾ ਉਬਲਦਾ ਇਹ ਪੁੱਤਰ ਕੜਾਈ 'ਚ ਰੱਖਿਆ ਜਿਹੜਾ ਇੱਦਾਂ ਇਹਨੂੰ ਦੁੱਧ ਉਬਲ ਗਿਆ ਇਹਨੂੰ ਕਹਿੰਦੇ ਦੁੱਧ ਫਿਸਲ ਗਿਆ ਕਚਹਿਰੀਆਂ ਚ ਮੇਲੇ ਲੱਗਣੇ ਜਦੋਂ ਪੈਣੀ ਆ ਤਰੀਕ ਸਾਡੇ ਪਿਆਰ ਦੀ ਕਚਹਿਰੀਆਂ ਚ ਮੇਲੇ ਲੱਗਣੇ ਪੁੱਤਰ ਤੇਰੀ ਕੋਈ ਤਰੀਕ ਨਹੀਂ ਪੈਣੀ ਉਲਟਾ ਉਸੇ ਮੇਲੇ 'ਚ ਤੂੰ ਨਿੱਕਾ ਖੋਤਾ ਬਣ ਕੇ ਘੁੰਮਣਾ ਤੇ ਲੋਕਾਂ ਨੇ ਲੋਕਾਂ ਦਾ ਭਵਿੱਖ ਦੱਸਣਾ ਤੈਨੂੰ ਕਿੰਨੇ ਕਿਹਾ ਕਿ ਕਚਹਿਰੀਆਂ 'ਚ ਮੇਲੇ ਲੱਗਣੇ ਜਦੋਂ ਤੇਰੀ ਤਰੀਕ ਪੈਣੀ ਕਿਉਂ ਪੁੱਤਰ ਮੇਲੇ ਕਿਹਦੇ ਲੱਗਣੇ ਆ ਤੂੰ ਤਾਂ ਲੱਭਣੇ ਨਹੀਂ ਤੂੰ ਤਾਂ ਥੱਲੋਂ ਤਰੀਕ ਭੁਗਤ ਕੇ ਆ ਜਾਣਾ ਪਰ ਵੈਸੇ ਤੁਹਾਡੇ ਮੇਲੇ ਲੋਕਾਂ ਦਾ ਧਿਆਨ ਉੱਤੇ ਹੁੰਦਾ ਕਿ ਵਕੀਲ ਸਾਹਿਬ ਕਿੱਧਰ ਗਏ ਨਾਲ ਵਾਲੀ ਦਾ ਤੇ ਹੋਏਗਾ ਨਾ ਧਿਆਨ ਨਾਲ ਵਾਲੀ ਤੇ ਤਾਂ ਹੋਏਗਾ ਧਿਆਨ ਜੀ ਪਰ ਸਰ ਮੈਂ ਗੱਲ ਪੁੱਛਣੀ ਹੈ ਨਾਲ ਵਾਲੀ ਕੀ ਕਿਹਾ ਤੂੰ ਨਾਲ ਵਾਲੀ ਤੇ ਤਾਂ ਹੋਏਗਾ ਦੂਜਿਆਂ ਦਾ ਧਿਆਨ ਜੀ ਹਾਂ ਉਹਦੇ ਤੇ ਹੀ ਹੋਣਾ ਉਹ ਸੋਹਣੀ ਇੰਨੀ ਹੋਣੀ ਉਹ ਤੇ ਹੋਣਾ ਤੇ ਤੂੰ ਕੀ ਕਰਨਾ ਫਿਰ ਜਦੋਂ ਦੂਸਰਿਆਂ ਦਾ ਧਿਆਨ ਤੇਰੀ ਨਾਲ ਵਾਲੀ ਤੇ ਹੋਣਾ ਫਿਰ ਮੇਲੇ ਦਾ ਲੱਗ ਗਿਣਾ ਜੀ ਵਾਹ ਉਹ ਪੁੱਤਰ ਫਿਰ ਆਉਣ ਵਾਲੇ ਲੱਗੇ ਨੇ ਤੇਰੇ ਲਈ ਕਿਹੜਾ ਤੇਰਾ ਤਾਂ ਲੁੱਟਿਆ ਗਿਆ ਮੇਲਾ ਸਰ ਤੇਰਾ ਤਾਂ ਮੇਲਾ ਲੁੱਟਿਆ ਗਿਆ ਨਾ ਅਸਲੀ ਮੇਲਾ ਤੇ ਉਹਨਾਂ ਦਾ ਲੱਗਾ ਜਿਹਨਾਂ ਦਾ ਧਿਆਨ ਲੱਗਾ ਸਰ ਮੈਨੂੰ ਗੱਲ ਦੱਸੋ ਮੇਲੇ ਤੇ ਮੈਨੂੰ ਇਹ ਲੱਗ ਰਿਹਾ ਮੈਂ ਤੁਹਾਨੂੰ ਸਵਾਲ ਪੁੱਛਾਂ ਇੱਕ ਹਾਂਜੀ ਕਿ ਬੇਟਾ ਮੇਲੇ ਦੇ ਵਿੱਚ ਜਿਹਦੇ ਨਾਲ ਭਗਾਨੇ ਨਹੀਂ ਬਣਦੇ ਉਹ ਬੰਦੂਕ ਦੀ ਨਲੀ ਵਰਗਾ ਮੂੰਹ ਹੈ ਤੇਰਾ ਤੇ ਪੁੱਤਰ ਤੇਰਾ ਮੂੰਹ ਉਹਦੇ ਵਰਗਾ ਉਹ ਜਿਹੜਾ ਅੱਗੇ ਅੱਗੇ ਨਹੀਂ ਟੰਗਿਆ ਹੁੰਦਾ ਟੋਪੀ ਪਾ ਕੇ ਇੱਕ ਨਿੱਕਾ ਜਿਹਾ ਗੁੱਡਾ ਜਿਹੜਾ ਇੱਥੋਂ ਪਾਟਿਆ ਹੁੰਦਾ ਜ਼ਿਆਦਾ ਜੀ ਕਿਉਂਕਿ ਜ਼ਿਆਦਾ ਨਿਸ਼ਾਨੇ ਸ਼ਰਰੇ ਦੇ ਇੱਥੇ ਲੱਗਦੇ ਉਹਦੇ ਵਰਗਾ ਮੂੰਹ ਹੈ ਤੇਰਾ ਸਰ ਤੁਹਾਨੂੰ ਫਿਰ ਮੈਨੂੰ ਡਰ ਲੱਗਣਾ ਚਾਹੀਦਾ ਨਾ ਮੈਂ ਉਹ ਬੰਦੂਕ ਵਰਗੀ ਆ ਵਾਹ ਵਾਹ ਪੁੱਤਰ ਉਹ 'ਚ ਪੈਂਦੇ ਵੀ ਸ਼ਰਰੇ ਆ ਨਾ ਅਸਲੀ ਗੋਲੀ ਵਾਲੀ ਤੋਂ ਡਰਨਾ ਚਾਹੀਦਾ ਇਹ ਸ਼ਰਰੇ ਸ਼ੁਰਰੇ ਵਾਲੀ ਤਾਂ ਮੈਂ ਉਦਾਂ ਹੀ ਸਰ ਮੰਜਨ ਮੁੰਜਨ ਕਰ ਲੈਣਾ ਪੀਸ ਪੂਸ ਕੇ ਸਰ ਕਈ ਵਾਰੀ ਅੱਖ 'ਚ ਵੀ ਵੱਜ ਜਾਂਦੀ ਹੈ ਵਾਹ ਵਾਹ ਬਾਦੁਆਈ ਦਿਓ ਜਿੱਦਿਆਂ ਦੀ ਸ਼ਕਲ ਹੈ ਤੁਸੀਂ ਮੈਨੂੰ ਦੱਸੋ ਜੂਨਾ ਜੀ 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 ਬੜਾ ਜੀ ਲਾਇਆ ਇਹਦੇ ਨਾਲ ਤੂੰ ਸਰ ਰਿਸਪੈਕਟ ਦੇ ਦੀ ਇਹਨੂੰ ਕੀ ਟਰੰਪ ਸਾਹਿਬ ਨੇ ਵਾਈਟ ਹਾਊਸ ਦੇ ਬਾਥਰੂਮ ਸਾਫ਼ ਕਰਨ ਨੂੰ ਦਿੱਤੇ ਤੂੰ ਜੀ ਕਹਤਾ ਸਰ ਤੁਸੀਂ ਵਿਚਾਰੇ ਨੂੰ ਮਾਰਦੇ ਰਹਿੰਦੇ ਮੈਂ ਕਿਹਾ ਥੋੜੀ ਰਿਸਪੈਕਟ ਮੈਂ ਦੇ ਸਕਦੀ ਹਾਂ ਨਾ ਇਹਨੂੰ ਵਿਚਾਰੇ ਥੈਂਕ ਯੂ ਜੀ ਲੈ ਦੇ ਦੇ ਰਿਸਪੈਕਟ ਦੇਖ ਮੇਰੇ ਨਾਮ ਦੇ ਪਿੱਛੇ ਵੀ ਲਵ ਯੂ ਟੂ ਜੀ ਲੱਗਦੇ ਨੇ ਫਿਰ ਮੈਨੂੰ ਵੀ ਲਗਾਉਣਾ ਪੈਂਦਾ ਵਾਹ ਵਾਹ ਜਿਹੜਾ ਤੂੰ ਇੱਥੇ ਜੀ ਲਾਣ ਰਹੀ ਹੈ ਨਾ ਲੋਕਾਂ ਦਾ ਇਹ ਗਲਤ ਆ ਬਸ ਥੋੜਾ ਜਿਹਾ ਹੁਣ ਪੁੱਛੋਗੇ ਪੁੱਛਣਾ ਮੈਂ ਇਹ ਹੈ ਕਿ ਜਿਵੇਂ ਤੁਸੀਂ ਮੇਲਿਆਂ ਦੀ ਗੱਲ ਕਰ ਰਹੇ ਹੋ ਤੁਹਾਡੇ ਵੀ ਮੇਲੇ ਲੱਗਦੇ ਆ ਤੁਹਾਡੇ ਮੇਲੇ ਕੀ ਪੁੱਤਰ ਇਹਨਾਂ ਦੇ ਵੀ ਲੱਗਦੇ ਨਿੱਕੇ ਨਿੱਕੇ ਲੱਗਦੇ ਛੋਟੇ ਛੋਟੇ ਉਹੀ ਤੇ ਮੈਂ ਪੁੱਛ ਰਹੀ ਕਿ ਨਾ ਛੋਟੇ ਨਿੱਕੇ 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 ਤੰਬੂ ਹੁੰਦੇ ਇਹਨਾਂ ਦੇ ਨਿੱਕੇ 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 ਤੇ ਇਹਨੇ ਦੇ ਵੇਲੇ ਲੱਗਦੇ ਆ ਇੰਨੇ ਨਿੱਕੇ ਵੀ ਨਹੀਂ ਹੁੰਦੇ ਜਿੰਨੇ ਤੂੰ ਕਰਤੇ ਉਹ ਤਾਂ 8-10 ਜਣੇ ਹੋਗੇ ਫਿਰ ਇੰਨੇ ਜਣੇ ਨਹੀਂ ਹੁੰਦੇ ਮੇਲੇ ਤੇ ਜਾਈਦਾ ਮੇਲੇ ਲੱਗਦੇ ਥੋੜੀ ਆ ਜੀ ਅੱਛਾ ਤੂੰ ਸੱਚੀ ਮੇਲਾ ਦੇਖਣ ਗਿਆ ਜੀ ਕਿਹੜਾ ਮੇਲਾ ਦੇਖਿਆ ਅੱਜ ਤੋਂ ਅੱਜ ਤੱਕ ਸਭ ਤੋਂ ਵੱਡਾ ਸਭ ਤੋਂ ਵੱਡਾ ਉਹ ਝੂਟੇ ਮਾਟੇ ਵਾਲਾ ਜੀ ਉਹ ਤੇ ਪੁੱਤਰ ਤੇਰੇ ਪਿਓ ਨੇ ਤੈਨੂੰ ਬਚਪਨ 'ਚ ਐਦਾਂ ਐਦਾਂ ਦਿੱਤੇ ਸੀ ਉਹੀ ਮੇਲਾ ਸਮਝ ਲਿਆ ਤੂੰ ਨਹੀਂ ਉਹ ਉੱਚੀ ਝੂਟਾ ਮਾਟਾ ਜਾਂਦਾ ਜਿਹੜਾ ਜੀ ਉਹ ਵਾਲਾ ਉਹ ਚੰਡੋਲ ਝੂਟਾ ਨਾ ਉਹਨੂੰ ਨਹੀਂ ਮੈਨੂੰ ਪਤਾ ਜੀ ਵਾਹ ਮੈਂ ਉੱਚੀ ਜਾਂਦਾ ਜੀ ਉਹ ਤੇ ਮੈਂ ਤਾਂ ਤੈਨੂੰ ਜਿੱਦਾਂ ਇਤਿਹਾਸ 'ਚ ਕੋਈ ਨਾਂ ਪੁੱਛ ਲਿਆਉਂਦਾ ਕਹਿੰਦਾ ਨਾਂ ਨਹੀਂ ਆਉਂਦਾ ਮੈਨੂੰ ਤੈਨੂੰ ਨਾਮ ਕੀ ਨਹੀਂ ਪਤਾ ਦੁੱਧ ਉਬਲ ਗਿਆ ਐਵੇਂ ਹੈਂ ਮੈਂ ਕਿਹਾ ਤੈਨੂੰ ਨਾਮ ਨਹੀਂ ਪਤਾ ਤੂੰ ਗੱਲ ਕਰ ਰਿਹਾ ਦੁੱਧ ਉਬਲ ਗਿਆ ਕਿੱਥੇ ਇਹਨੂੰ ਦੱਸੋ ਇਹਨੇ ਚਟਣਾ ਜਾ ਕੇ ਕਿਉਂਕਿ ਇਹ ਜ਼ਿਆਦਾਤਰ ਫਰਸ਼ ਤੋਂ ਚਟਦਾ ਇਹਨੂੰ ਸਕੂਨ ਹੀ ਉਦੋਂ ਆਉਂਦਾ ਜਦੋਂ ਫਰਸ਼ ਤੇ ਦੁੱਧ ਪਿਆ ਹੋਵੇ ਐਕਸਾਈਟਮੈਂਟ ਨਹੀਂ ਜਾ ਕੀਤੀ ਕਿੱਥੇ ਕਿੱਥੇ ਨਹੀਂ ਮਤਲਬ ਮੈਂ ਹੈਰਾਨ ਹੋ ਗਿਆ ਇੱਥੇ ਹੈਰਾਨ ਪੁੱਤਰ ਤਾਂ ਹੀ ਹੋਇਆ ਨਾ ਕਿ ਤੇਰਾ ਤੈਨੂੰ ਲੱਗਾ ਕਿ ਤੇਰਾ ਮਿਲਕ ਸ਼ੇਕ ਦਾ ਬਣ ਗਿਆ ਕੰਮ ਇੱਥੇ ਦੁੱਧ ਹੈ ਹੀ ਨਹੀਂ ਉਬਲਾ ਕਿੱਥੋਂ ਆਈ ਦੱਸੇਗੀ ਤੈਨੂੰ ਕਿ ਜਿੱਥੇ ਉਹ ਐਡਰੈਸ ਦੇਗੀ ਤੂੰ ਬਸ ਜੀਭ ਤਿਆਰ ਰੱਖ ਚਟਣ ਵਾਲੀ ਇਹ ਤਾਂ ਬਹੁਤ ਮਤਲਬ ਲਾਈਕ ਕਰਦਾ ਦੁੱਧ ਨੂੰ ਮਤਲਬ ਪੈਂਦਾ ਹੈ ਹੈ ਦੁੱਧ ਨੂੰ ਮਤਲਬ ਪੈਂਦਾ ਹਾਂਜੀ ਹਾਂਜੀ ਕਈ ਵਾਰੀ ਦੁੱਧ ਵੀ ਇਹਨੂੰ ਪੈ ਜਾਂਦਾ ਅੱਗੋਂ